ਨੇੜੇ ਆਉਣਾ ਇਹ ਵੀ ਨੇਕੀਆਂ ਕਰੇ ਬੁਰਾਈਆਂ ਤੋਂ ਬਚੇ। ਇੱਕ ਦੂਸਰਾ ਤਵੱਸਲ ਹੈ ਤਵੱਸਲ ਬਿਲ ਅਸਮਾਇਲ ਹੁਸਨਾ, ਜਿਹਦਾ ਅੱਲਾਹ ਨੇ ਆਖਿਆ ਕਿ ਅੱਲਾਹ ਦੇ ਬਹੁਤ ਪਾਕ ਨਾਮ ਆ, ਆਪਣੀਆਂ ਦੁਆਵਾਂ 'ਚ ਉਹਦੇ ਜ਼ਰੀਏ ਤੁਸੀਂ ਵਸੀਲਾ ਢੂੰਡੋ। ਜਦੋਂ ਦੁਆ ਕਰੋ ਹੋਰ ਗੱਲਾਂ ਦੀ ਬਜਾਏ ਹਵਾਲਾ ਦਿਓ, ਕਦੇ ਕੁਰਾਨ ਮਜੀਦ ਦੀਆਂ ਦੁਆਵਾਂ, ਰਸੂਲਾਂ ਦੀਆਂ ਦੁਆਵਾਂ ਤੁਸੀਂ ਪੜ੍ਹਦੇ, ਕਿਸੇ ਪਿੱਛੇ ਰਾਜਾ ਇੰਨਾ ਕੰਨ ਤਲ ਅਜ਼ੀਜ਼ ਔਰ ਕੀਮ, ਕਿਸੇ ਪਿੱਛੇ ਇੰਨਾ ਕੰਨ ਤਲ ਹੋਰ ਰਹੀਮ, ਉਹ ਅੱਲਾਹ ਤਾਲਾ ਦੇ ਅਸਮਾਤ ਹਵਾ। ਔਰ ਦੋ ਨਾਮਾਂ ਦਾ ਹਜ਼ੂਰ ਨੇ ਬਹੁਤ ਹਵਾਲਾ ਦਿੱਤਾ, ਵਕਤ ਬਹੁਤ ਥੋੜ੍ਹਾ, ਮਗਰ ਇਹਨੂੰ ਪੱਲੇ ਬਣਾਏ ਅਤੇ ਕਈ ਕਿਤਾਬਾਂ ਤੁਸੀਂ ਲਿਖ ਸਕਦੇ। ਤਵੱਸਲ ਬਿਲ ਅਸਮਾ ਹੈ ਕਿ ਅੱਲਾਹ ਤਾਲਾ ਦੀ ਕਿਸੇ ਸਿਫਤ ਦਾ ਵਾਸਤਾ ਦਿਓ, ਤੂੰ ਇਹੋ ਜਿਹਾ ਮਾਲਕ ਆ ਰਹਿਮ। ਇਲਮ ਔਰ ਕੁਦਰਤ ਇਹ ਦੋ ਸ਼ਾਇਆਂ ਕਿ ਹਰ ਸ਼ੈ ਜਾਣਨਾ ਔਰ ਸਭ ਕੁਛ ਕਰ ਸਕਦੇ, ਇਹ ਦੋਵੇਂ ਚੀਜ਼ਾਂ ਮੁਸ਼ਕਿਲ ਕੁਸ਼ਾਈ ਨਹੀਂ ਜ਼ਰੂਰੀ। ਪਤਾ ਹੋਵੇ ਵੀ ਇਸ ਬੰਦੇ ਨੂੰ ਕੀ ਮੁਸੀਬਤ ਹੈ ਔਰ ਨਾਲ ਇਹ ਵੀ ਉਹ ਕਰ ਸਕਦਾ ਹੋਵੇ, ਇਹਦੇ ਲਈ ਆਲਾ ਅਜ਼ੀਜ਼ ਅਲ ਹਕੀਮ, ਆਲਾ ਅਜ਼ੀਜ਼ ਹੈ, ਉਹਦੇ ਲਈ ਕੋਈ ਕਾਮਨ ਹੋਣਾ ਨਹੀਂ, ਉਹਦੀ ਕੁਦਰਤ ਤੋਂ ਕੋਈ ਸ਼ੈ ਬਾਹਰ ਨਹੀਂ। ਕਿਸੇ ਸ਼ੈ ਦੇ ਬਾਰੇ 'ਚ ਨਹੀਂ ਕਹਿ ਸਕਦੇ ਮੈਂ ਲਾ ਨਹੀਂ ਕਰ ਸਕਦਾ, ਔਰ ਹਕੀਮ ਹੈ ਕਿ ਉਹ ਖੁਦ ਜਾਣਦਾ ਵੀ ਕੀ ਕਰਨਾ ਕੀ ਨਹੀਂ ਕਰਨਾ। ਕਿਤੇ ਆਲਾ ਅਜ਼ੀਜ਼ ਉਲ ਅਲੀਮ ਵੀ ਆ ਜਾਂਦਾ ਕੋਈ ਇਲਮ ਵਾਲਾ, ਕਿਤੇ ਆਲਾ ਅਜ਼ੀਜ਼ ਉਲ ਰਹੀਮ ਆ ਜਾਂਦਾ ਕਿ ਉਹ ਮਿਹਰਬਾਨੀ ਹੈ। ਇਸ ਤੋਂ ਨਬੀ ਅਲੈਹਿ ਸਲਾਮ ਨੇ ਦੁਆਵਾਂ ਕੀਤੀਆਂ, ਮੈਂ ਇਸ਼ਾਰੇ ਕਰੀ ਜਾਣਾ ਅੱਲਾ ਮਾ ਬਿਲ ਮੈਂ ਕਲ ਗਾਇਬਾ ਵਾ ਕੁਦਰਤ ਕਾਲ ਖਲ ਆਹ ਯਨੀ ਮਾ ਆਲਮ ਤਲ ਹਯਾਤ ਖੈਰ ਲਈ ਵਾ ਤੋਹਫਾ ਲਈ ਆਲਮ ਤਲ ਪਾ ਹੈ। ਅੱਲਾ ਤਾਲਾ ਤੂੰ ਹਰ ਸ਼ੈ ਨੂੰ ਚੁੱਕ ਕੇ ਜਾਣਨਾ, ਗਾਇਬ ਦਾ ਇਲਮ ਹੈ ਤੈਨੂੰ ਅਤੇ ਸਾਰੀ ਮਖਲੂਕ ਅਤੇ ਕੁਦਰਤ ਹੈ ਤੈਨੂੰ ਹਾਸਲ, ਦੋਵਾਂ ਚੀਜ਼ਾਂ ਦਾ ਹਵਾਲਾ ਤੈਨੂੰ ਜਾਣਦਾ ਵੀ ਹਾਂ ਕੁਦਰਤੀ ਹੈ। ਇਸ ਤੋਂ ਜਦ ਤੱਕ ਮੈਨੂੰ ਜ਼ਿੰਦਗੀ ਦੇਣੀ ਹੈ ਨੇਕੀ 'ਚ ਜ਼ਿੰਦਾ ਰੱਖੀ ਔਰ ਮੌਤ ਦੇਣੀ ਅਤੇ ਨੇਕੀ 'ਚ। ਜਿਹੜੀ ਦੁਆ ਇਸਤਿਖਾਰਾ ਉਹਦੇ 'ਚ ਹੀ ਸਿਖਾਇਆ ਵੀ ਜਦੋਂ ਕਿਸੇ ਕੰਮ ਦਾ ਇਰਾਦਾ ਕਰੋ ਮਸ਼ਵਰਾ ਵੀ ਕਰ ਲਓ ਰੱਬ ਨੂੰ, ਫਿਰ ਕਹੋ। ਕਈਆਂ ਨੇ ਇਸਤਿਖਾਰੇ ਲੰਬੇ ਚੌੜੇ ਦੇਖ ਲਿਆ, ਕਿਤਾਬਾਂ 'ਚ ਲਿਖਿਆ ਵੀ ਸੌਂ ਫਿਰ ਤੁਹਾਨੂੰ ਖਾਬ ਆਊਗੇ ਇੰਨੇ ਦਿਨ, ਬਿਲਕੁਲ ਝੂਠਾ। ਇਹੋ ਜਿਹੀ ਕੋਈ ਗੱਲ ਨਹੀਂ, ਨਾ ਕੋਈ ਇਲਹਾਮ ਹੋਣਾ ਨਾ ਵਹੀ ਆਉਣੀ, ਸਿਰਫ ਇਹ ਹੈ ਕਿ ਖੈਰ ਦੀ ਦੁਆ ਇਸਤਿਖਾਰਾ, ਖੈਰ ਦੀ ਦੁਆ ਔਰ ਗਾਇਬ ਨਹੀਂ ਪਰਦਾ ਨਹੀਂ ਖੋਲਣਾ ਕਿ ਅੱਲਾਹ ਤਾਲਾ ਕੇ ਦੁਆ ਕਰੋ ਅੱਲਾ ਮਨੀ ਅਸਤਖੀਰ ਹੋ ਕਾਬਿਲ ਨੇ ਕਾ ਵਾਸਤਕ ਦੇ ਰੋ ਕਾਬਿਲ ਕੁਦਰ। ਇਹ ਹੀ ਦੋ ਸਿਫਤਾਂ ਦਾ ਵਾਲਾ ਕਿ ਤੂੰ ਚੂਕੇ ਜਾਣਨਾ ਹਰ ਸ਼ੈ ਨੂੰ, ਮੈਂ ਤੇਰੇ ਕੋਲੋਂ ਮੰਨਦਾ ਕਿ ਜਿਹਦੇ ਸ਼ਾਇਦ ਉਹ ਕੰਮ ਕਰੀ ਅਤੇ ਤੂੰ ਕਾਦਰ ਵੀ ਆ ਵੈ ਇੰਨਾ ਕੁ ਤੱਕਦੇ ਰਹੋ ਵਲਾਕਦੇ ਰਹੋ ਤਾਲਮ ਲਾਲਮ, ਤੂੰ ਸਭ ਕੁਛ ਕਰ ਸਕਦਾ ਮੈਂ ਕੁਛ ਨਹੀਂ ਕਰਦਾ, ਤੂੰ ਹਰ ਸਭ ਦਾ ਆਉਣਾ ਮੈਂ ਕੋਈ ਇਲਮ ਔਰ ਕੁਦਰਤ ਦਾ ਹਵਾਲਾ। ਇਸ ਤੋਂ ਜੋ ਬਿਹਤਰ ਨਾ ਜੇ ਕੰਮ ਠੀਕ ਆ ਹੋਣ ਦੇ, ਨਹੀਂ ਕਿਤੇ ਤੁਹਾਡਾ ਕੋਈ ਅਟਕਾ ਦੇ, ਇੰਨਾ ਹੀ ਇਸਤਿਖਾਰਾ ਹੋਰ ਕੋਈ ਨਾ ਢੂੰਡੇ, ਮੈਨੂੰ ਕੋਈ ਖਾਬ ਆਵੇ ਤੋ ਚਾਬੀ ਨਾ ਪੁੱਛਦਾ ਰਹੇ, ਖੈਰ ਦੀ ਦੁਆ ਕਰਕੇ ਚੁੱਪ ਜਦੋਂ ਕਰ ਦੇ ਫਿਰ ਜੇ ਹੋ ਜਾਵੇ ਸਮਝੇ ਕਿ ਅੱਲਾਹ ਨੂੰ ਜੀ ਆਖਿਆ ਸੀ ਬਗੜੇ ਖੈਰੋ ਬਰਕਤ ਰੱਦ ਹੋਣ ਦੀ ਅਤੇ ਕੋਈ ਰੋੜਾ ਅੜ ਗਿਆ ਸਮਝੇ ਨਹੀਂ, ਕਿਹਾ ਸੀ ਕਿ ਅੱਲਾਹ ਸ਼ਾਰਿਆ ਤਾਂ ਰੋਕ ਦੇਣ। ਤੋ ਇਲਮ ਔਰ ਕੁਦਰਤ ਦਾ ਹਵਾਲਾ, ਇਸੇ ਤਰ੍ਹਾਂ ਹੀ ਬਖਸ਼ਿਸ਼ ਮੰਗਦੇ ਜੇ ਗਫੂਰ ਰਹੀਮ ਕਹੋ, ਅਗਰ ਰਿਜ਼ਕ ਚਾਹੁੰਦੇ ਜੇ ਫੱਤਾ ਔਰ ਰਜ਼ਾਕ ਦਾ ਹਵਾਲਾ ਦਿਓ। ਤਾਂ ਦੂਸਰਾ ਫਿਰ ਤਵੱਸਲ ਜਿਹੜਾ ਵਸੀਲਾ ਦੁਆ ਜੋ ਕਿਹਾ ਕਿ ਅੱਲਾਹ ਤਾਲਾ ਦੀ ਸਿਫਾਤ ਦਾ ਹਵਾਲਾ ਦਿਓ, ਉਹਨੂੰ ਬਾਦਸ਼ਾਹ ਨੂੰ ਕਹੋ ਵੀ ਤੂੰ ਇਸ ਸ਼ਾਨ ਦਾ ਮਾਲਕ ਹੈ ਮੇਰਾ ਕੰਮ ਕਰ। ਇਹ ਸਭ ਤੋਂ ਆਲਾ ਵਸੀਲਾ ਬਹੁਤ ਹੁੰਦਾ ਵੀ ਜੋ ਅਗਰ ਇਲਮ ਦੀ ਜ਼ਰੂਰਤ ਹੈ ਅਲੀਮ ਕਹਿ ਕੇ ਉਹਨੂੰ ਪੁਕਾਰੋ। ਜੈਸੇ ਹਜ਼ਰਤ ਇਮਾਮ ਨੇ ਤਾਮੀਆ ਰਹਿਮਤੁਲਾ ਅਲੈਹ ਦਾ ਕੋਈ ਸਵਾਲ ਅੜ ਗਿਆ, ਮਸਲਾ ਹੱਲ ਨਹੀਂ ਹੁੰਦਾ, ਜਾਣਾ ਪਿਆ ਬਾਂਧ ਕੋਈ ਵੀਰਾਨ ਮਸਜਿਦ ਲੱਭ ਕੇ ਉਹਦੇ ਸਹੀ 'ਚ ਪੈ ਜਾਣਾ ਔਰ ਕਹਿ ਦੇਣਾ ਅੱਲਾਹ ਮਾਲ ਮਹਾਦਮ ਹਲਮ, ਐ ਅੱਲਾਹ ਜਿਹਨੇ ਆਦਮ ਨੂੰ ਅਸਮਾਸ ਸਿਖਾਇਆ ਸੀ ਨਾ ਮੈਨੂੰ ਵੀ ਇਲਮ ਦੇ, ਅੱਲਾਹ ਮ ਫਹਿਮ ਇਬਰਾਹਿਮ ਫਹਿਮ ਨਹੀਂ ਤੂੰ ਆਉਣਾ, ਮੈਂ ਇਬਰਾਹਿਮ ਨੂੰ ਸਮਝ ਦਿੱਤੀ ਸੀ ਮੈਨੂੰ ਵੀ ਸਮਝ ਗਏ, ਉਸੇ ਵੇ ਉਕਦਾ ਖੁੱਲ੍ਹ ਹੋ ਜਾਣਾ ਮਸਲਾ ਹੱਲ ਹੋ ਜਾਣਾ। ਤੋ ਅੱਲਾਹ ਤਾਲਾ ਨੂੰ ਪੁਕਾਰਨਾ ਉਹਦੇ ਨਾਮਾਂ ਨਾ, ਇਹ ਸੂਰਤ ਦੀ ਜਿਹੜੀ ਐਤ ਪੜ੍ਹੀ ਅਰਾਬੀ ਵਿੱਚ ਇਹ ਹੈ ਕਿ ਅੱਲਾਹ ਦੇ ਪਾਕ ਨਾਮ ਆ ਉਹਨਾਂ ਦਾ ਹਵਾਲਾ ਦੇ ਕੇ ਮੰਗੋ। ਇੱਕ ਹਵਾਲਾ ਦੁਆ 'ਚ ਹੈ, ਉਹ ਪਹਿਲਾਂ ਸੀ ਖੁਦ ਆਪ ਕੋਸ਼ ਕਰਨਾ, ਇਹ ਹੁਣ ਦੁਆਵਾਂ ਦੀ ਗੱਲ ਹੈ ਕਿ ਦੁਆ 'ਚ ਕਿਹੜਾ ਕਿਹੜਾ ਵਸੀਲਾ ਪਾ ਸਕਦਾ। ਇੱਕ ਅੱਲਾਹ ਤਾਲਾ ਦੇ ਅਸਮਾਰ ਸਿਫਾਤ ਦਾ ਹਵਾਲਾ,